ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਮਨ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਸੋਚਦੇ ਹਾਂ ਵੀ ਸਭ ਦੀਆਂ ਬੱਚੀਆਂ ਐਸਾ ਹੀ ਕਰਕੇ ਵਿਖਾਉਣ, ਕਿਉਂਕਿ ਦੇਸ਼ ਵਿੱਚ ਬਹੁਤ ਵੱਡਾ ਦਾਜ ਦਹੇਜ ਦਾ ਵੀ ਕਲੰਕ ਹੈ, ਅਤੇ ਇਹੋ ਜਿਹੇ ਬੱਚੇ ਜੇ ਸਾਰੀ ਬੱਚੀਆਂ ਇਹ ਸੋਚ ਕੇ ਚੱਲ ਪੈਣ ਤਾਂ ਇਹ ਕੋਈ ਦਿਨ ਦੂਰ ਨਹੀਂ ਜਦੋਂ ਕਿ ਇਹੋ ਜਿਹੇ ਬੱਚੇ ਅੱਗੇ ਆ ਕੇ ਅਤੇ ਬਹੁਤ ਕੁਛ ਦੇਸ਼ ਵਾਸਤੇ ਕਰ ਸਕਦੇ। ਮੈਨੂੰ ਸ਼ੁਰੂ ਤੋਂ ਹੀ ਸੀ ਇਸ ਬੇਟੀ 'ਤੇ ਬਹੁਤ ਮਾਣ ਹੈ, ਬੱਚੇ ਮੇਰੇ ਦੋ ਵੀ ਨੇ ਪਰ ਮੈਨੂੰ ਇਸ ਬੱਚੀ 'ਤੇ ਬਹੁਤ ਮਾਣ ਹੈ। ਜਦੋਂ ਇਹਨੇ ਜਨਮ ਲਿਆ ਮੈਨੂੰ ਦੁੱਖ ਵੀ ਬਹੁਤ ਹੋਇਆ, ਮੇਰੀ ਦੂਜੀ ਬੇਟੀ ਆ ਗਈ ਹੈ, ਮੈਂ ਦਾਜ ਦਹੇਜ ਤੋਂ ਵੀ ਕਿਵੇਂ ਇਸ ਕੋ ਪਾਲ ਪੋਛਾਂਗੀ, ਪਰ ਜਾ ਵੀ ਇਹ ਥੋੜ੍ਹੇ ਜਿਹੇ ਨੇ ਸੁਰਤ ਸੰਭਾਲੀ ਅਤੇ ਮੈਨੂੰ ਬਹੁਤ ਇਸ 'ਤੇ ਫਖਰ ਮਹਿਸੂਸ ਹੋਇਆ ਵੀ ਇਹ ਤਾਂ ਮੈਂ ਗਲਤ ਕਰ ਰਹੀ ਹਾਂ, ਵੀ ਇਹ ਤਾਂ ਮੇਰਾ ਬੱਚਾ ਇੱਕ ਚੀਜ਼ ਇਹੋ ਜਿਹਾ ਹੋਵੇਗਾ ਜਿਹੜੇ ਸਾਰੇ ਹਿੰਦੁਸਤਾਨ ਵਿੱਚ ਪਛਾਣ ਬਣੇਗਾ। ਸਾਰੇ ਭੈਣਾਂ ਭਰਾਵਾਂ ਸਭ ਨੇ ਸੰਯੋਗ ਦਿੱਤਾ, ਸਾਰੇ ਸੰਯੋਗ ਦਿੱਤਾ, ਜਿਸ ਨੂੰ ਵੀ ਆਖਿਆ ਵੀ ਆ ਇਹ ਜਾਣੇ ਆ, ਜਾਣ ਆਉਣ ਦੀ ਪਿੰਡਾਂ ਵਿੱਚ ਬਹੁਤ ਪ੍ਰੋਬਲਮ ਹੁੰਦੀ ਹੈ, ਅਤੇ ਸਾਰੇ ਚਾਚੇ ਤਾਇਆ ਜਿਸ ਨੂੰ ਵੀ ਕਿਹਾ ਰਾਤ 2:30 ਵਜੇ ਵੀ ਗੱਡੀ ਇਸ ਨੂੰ ਚੜਾਉਣਾ ਹੈ, ਲੈ ਕੇ ਵੀ ਆਉਣਾ ਹੈ, ਬ੍ਰਦਰ ਛੋਟੇ ਨੇ, ਪਾਪਾ ਇਹਦੇ ਗੱਡੀ ਨਹੀਂ ਚਲਾਉਂਦੇ, ਅਤੇ ਸਾਰੇ ਸੰਯੋਗ ਦਿੱਤਾ। ਇਹਨੇ ਸਾਨੂੰ ਤਾਂ ਇਸ ਚੀਜ਼ ਬਾਰੇ ਸਮਝਿਆ ਨਹੀਂ ਬੇਟੇ, ਅਸੀਂ ਤਾਂ ਇਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਗਾ, ਇਹ ਤਾਂ ਬੇਟੀ ਨੇ ਆਪ ਖੁਦ ਹੀ ਚੁਣਿਆ ਆਪਦਾ ਰਸਤਾ। ਹਾਂਜੀ ਹਾਂ, ਖੁਦ ਅਸੀਂ ਤਾਂ ਅਨਪੜ੍ਹ, ਮੈਂ ਥੋੜ੍ਹਾ ਜਿਹਾ ਪੜ੍ਹੀ ਪੰਜਾਬੀ ਦੀਆਂ, ਪਾਪਾ ਬਿਲਕੁਲ ਸਕੂਲ ਵੀ ਨਹੀਂ ਗਿਆ। ਹਾਂਜੀ ਹਾਂਜੀ, ਅਤੇ ਬੈਕਵਰਡ ਏਰੀਆ ਸਾਡਾ, ਹਾਂਜੀ ਸਾਡੇ ਤਾਂ ਨੇੜੇ ਬਸ ਸਾਰੇ ਸਕੂਲ ਹੋਣ ਵਧੀਆ ਸਕੂਲ, ਅਤੇ ਸਾਡੇ ਤਾਂ ਨੇੜੇ ਸਕੂਲ ਵੀ ਵਧੀਆ ਹੈ ਨਹੀਂ ਸੀ ਕੋਈ, ਇਹ ਬੱਚੇ ਨੇ ਆਪਣਾ ਰਸਤਾ ਆਪ ਖੁਦ ਚੁਣਿਆ। ਮੇਰਾ ਨਾਮ ਹਸਨਦੀਪ ਹੈ ਜੀ, ਮੈਂ ਕਿਰਨਦੀਪ ਕੌਰ ਦਾ ਬ੍ਰਦਰ ਹਾਂ ਜੀ। ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਮੇਰੀ ਭੈਣ ਨੇ ਸਾਡਾ ਨਾਮ ਰੋਸ਼ਨ ਕੀਤਾ, ਮੈਂ ਵੀ ਆਪਣੀ ਭੈਣ ਵਾਂਗੂ ਸਖ਼ਤ ਮਿਹਨਤ ਕਰਾਂਗਾ ਅਤੇ ਮੈਂ ਵੀ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂਗਾ। ਅੱਜ ਮੈਨੂੰ ਆਪਣੀ ਭੈਣ 'ਤੇ ਬਹੁਤ ਮਾਣ ਹੈ ਅਤੇ ਸਾਡੇ ਪੂਰੇ ਇਲਾਕੇ ਨੂੰ ਵੀ ਇਸ ਗੱਲ 'ਤੇ ਮਾਣ ਹੈ ਕਿ ਸਾਡੀ ਧੀ ਨੇ ਇੰਨੀ ਵੱਡੀ ਪਦਵੀ ਹਾਸਲ ਕੀਤੀ ਹੈ। ਮੈਨੂੰ ਬਹੁਤ ਖੁਸ਼ੀ ਹੈ, ਔਰ ਮੇਰਾ ਇੱਕ ਸੁਪਨਾ ਥਾ ਕਿ ਮੈਂ ਜੱਜ ਬਣੂੰ ਔਰ ਉਹ ਮੇਰਾ ਪੂਰਾ ਹੋ ਗਿਆ ਹੈ, ਔਰ ਮੈਂ ਆਈ ਐਮ ਵੈਰੀ ਥੈਂਕਫੁਲ ਟੂ ਗੋਡ ਫੋਰ ਗਿਵਿੰਗ ਮੀ ਦਿਸ ਓਪਰਚੁਨਿਟੀ। ਮੇਰੀ ਫੈਮਿਲੀ ਨੇ ਹਮੇਸ਼ਾ ਮੁਝੇ ਸਪੋਰਟ ਕੀਆ ਹੈ, ਬੀ ਇਟ ਫਾਈਨੈਂਸ਼ਲੀ ਜਾਂ ਮੋਟੀਵੇਸ਼ਨਲੀ ਜਾਂ ਕਿਸੇ ਵੀ ਤਰ ਪ੍ਰਕਾਰ ਕੀ ਉਹਨਾਂ ਨੇ ਮੇਰੀ ਕਮੀ ਨਹੀਂ ਮਹਿਸੂਸ ਹੋਣੇ ਦੀ, ਹਮੇਸ਼ਾ ਮੇਰੇ ਸਾਥ ਹਰ ਵਕਤ ਹਰ ਟਾਈਮ ਖੜੇ ਥੇ। ਮੈਨੇ ਮਾਤਾ ਗੁਜਰੀ ਪਬਲਿਕ ਸਕੂਲ ਚਕਸੂਹੇਲੇਵਾਲਾ ਸੇ 10th ਪਾਸ ਕੀਆ, ਉਸਕੇ ਬਾਅਦ ਮੈਨੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ ਕਲਾਂ ਮੁਕਤਸਰ ਸੇ 12th, ਐਂਡ ਉਸਕੇ ਬਾਅਦ ਮੈਨੇ ਕਲੈਟ ਕਾ ਇਗਜ਼ਾਮ ਕਲੀਅਰ ਕਰਕੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪਟਿਆਲਾ ਮੇ ਸੇ BA LLB ਓਨਰਸ ਕੀ ਹੈ, ਐਂਡ ਉਸਕੇ ਉਪਰੰਤ ਮੈਨੇ ਜੁਡੀਸ਼ਲ ਸਰਵਿਸਿਜ਼ ਕੀ ਕੋਚਿੰਗ ਲਈ ਹੈ ਰਾਹੁਲ IAS ਇੰਸਟੀਟਿਊਟ ਇਨ ਡੈਲੀ, ਐਂਡ ਟੂਡੇ ਹੈਵ ਕਰੈਕਟ ਦੀ ਡੈਲੀ ਜੁਡੀਸ਼ਲ ਸਰਵਿਸ। ਆਈ ਲਵ ਕੁਕਿੰਗ, ਉਸਕੇ ਇਲਾਵਾ ਪਲੱਸ ਮੁਝੇ ਬਹੁਤ ਅੱਛਾ ਲੱਗਤਾ ਹੈ ਜਬ ਮੈਂ ਖੁਦ ਪੜ੍ਹਨੇ ਕੇ ਇਲਾਵਾ ਔਰ ਬੱਚੋਂ ਕੋ ਵੀ ਸਾਥ ਮੇ ਪੜ੍ਹਾਤੀ ਹੂੰ, ਤੋ ਹਮੇਸ਼ਾ ਜਬ ਵੀ ਮੁਝੇ ਮੌਕਾ ਮਿਲਤਾ ਹੈ ਤੋ ਜਬ ਕਾਲਜ ਟਾਈਮ ਔਰ ਉਸਕੇ ਬਾਅਦ ਵੀ ਹਮੇਸ਼ਾ ਮਤਲਬ ਕੋਈ ਗਰੀਬ ਹੋ ਜਾਂ ਕੋਈ ਕਿਸੇ ਬੱਚੇ ਕੋ ਕਿਸੇ ਵੀ ਤਰ੍ਹਾਂ ਕੀ ਪੜ੍ਹਾਈ ਕੀ ਮਦਦ ਚਾਹੀਏ ਵੋ ਮੈਂ ਉਸਕੀ ਕਰਤੀ ਹੂੰ। ਮੈਂ ਆਪਣੀ ਬਾਕੀ ਲੜਕੀਓ ਕੋ ਯਹੀ ਸੰਦੇਸ਼ ਦੇਣਾ ਚਾਹਤੀ ਹੂੰ ਕਿ ਕੁਛ ਐਸਾ ਕਰ ਦਿਖਾਓ ਕਿ ਸਮਾਜ ਆਪਕੋ ਕਭੀ ਨੀਚਾ ਨਾ ਦੇਖੇ, ਆਪਕੋ ਐਸਾ ਕਰਨਾ ਚਾਹੀਏ ਕਿ ਲੋਕ ਇੱਕ ਲੜਕੀ ਕੋ ਆਪਣੀ ਪਹਿਚਾਨ ਮਾਨੇ, ਨਾ ਕਿ ਆਪਣਾ ਇੱਕ ਉਸਕੋ ਇੱਕ ਬੋਝ ਨਾ ਸਮਝੇ। ਤੋ ਜੈਸੇ ਮੈਨੇ ਮੇਰੇ ਪਾਪਾ ਕੋ ਜੋ ਲੋਕ ਉਸ ਜਬ ਮੇਰੇ ਪੈਦਾ ਹੋਣੇ ਪਰ ਦੁੱਖ ਮਨਾਨੇ ਆਤੇ ਥੇ, ਅੱਜ ਵੋ ਹਮਾਰੇ ਘਰ ਮੇ ਵਧਾਈ ਦੇਣੇ ਆ ਰਹੇ ਹੈਂ, ਸੋਚੋ। ਤੋ ਕੁਛ ਐਸਾ ਕਰ ਦਿਖਾਓ ਕਿ ਲੋਕ ਆਪਕੋ ਹਮੇਸ਼ਾ ਕੇ ਲੀਏ ਯਾਦ ਵੀ ਰੱਖੇ, ਔਰ ਆਪ ਆਪਣਾ ਹੀ ਨਹੀਂ ਆਪਣੇ ਮਾਂ ਬਾਪ ਕਾ ਵੀ ਐਸਾ ਮਾਨ ਬਣਾਓ ਕਿ ਲੋਕ ਸੋਚੇ ਕਿ ਉਸਕੀ ਬੇਟੀ ਵਾਹ ਯਾਰ ਉਸਨੇ ਐਸਾ ਕੰਮ ਕੀਆ, ਔਰ ਮਤਲਬ ਖੁਦ ਪੜ੍ਹੋ ਔਰ ਸਮਾਜ ਕੋ ਆਗੇ ਬੜਾਓ।